ਨਾਨਕ ਸਿੰਘ ਜੀ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਭਾਗ 11 ਦੂਰ ਕਿਸੇ ਕਾਰਖਾਨੇ ਦਾ ਘੁੱਗੂ ਵੱਜਿਆ ਜਿਸ ਨੂੰ ਸੁਣਦਿਆਂ ਹੀ ਕੇਦਾਰ ਹੈਰਾਨੀ ਨਾਲ ਸੋਚਣ ਲੱਗਾ ਹੈ 5 ਵਜ ਗਏ ਤਾਂ ਕਿ ਅੱਜ ਸਾਰੀ ਰਾਤ ਮੈਂ ਜਾਗਦਿਆਂ ਹੀ ਕੱਟੀ ਹੈ ਤੇ ਇਸ ਨਾਲ ਹੀ ਕੱਲ ਸਵੇਰ ਤੋਂ ਲੈ ਕੇ ਰਾਤੀ ਮਾਇਆ ਦੇ ਘਰੋਂ ਵਾਪਸ ਆਉਣ ਤੱਕ ਦੇ ਸਾਰੇ ਦ੍ਰਿਸ਼ ਉਹ ਦੇ ਸਾਹਮਣੇ ਉਹ ਲੰਘ ਗਏ ਇਸ ਤੋਂ ਬਾਅਦ ਉਹ ਤਸਵੀਰਾਂ ਵੀ ਉਹਦੇ ਮਨ ਦੇ ਪਰਦੇ ਤੇ ਚਿੱਤਰੀਆਂ ਜਾਣ ਲੱਗੀਆਂ ਜਿਹੜੀਆਂ ਅਜੇ ਤੱਕ ਭਵਿੱਖ ਦੇ ਓਲੇ ਲੁਕੀਆਂ ਹੋਈਆਂ ਸਨ ਰਾਤ ਦੇ ਤੀਜੇ ਪਹਿਰ ਜਦ ਮਾਇਆਕਾਰ ਪਹੁੰਚੀ ਸੀ ਤਾਂ ਉਸ ਨੂੰ ਤੱਕਦਿਆਂ ਹੀ ਕਿਦਾਰ ਦੇ ਮਨ ਵਿੱਚ ਸਭ ਤੋਂ ਪਹਿਲੀ ਭਾਵਨਾ ਪੈਦਾ ਹੋਈ ਰੱਬ ਕਰੇ ਇਹ ਅਸਫਲ ਮੁੜੀ ਹੋਵੇ ਪਰ ਉਸ ਦੀ ਇਹ ਭਾਵਨਾ ਕਲਰੀ ਕੰਧ ਵਾਂਗ ਟਹਿ ਹੋ ਗਈ ਜਦੋਂ ਮਾਇਆ ਨੇ ਉਸ ਨੂੰ ਆਪਣੀ ਸਫਲਤਾ ਦੀ ਖਬਰ ਸੁਣਾਈ ਕਿਦਾਰ ਨੇ ਉਸ ਵੇਲੇ ਮਾਇਆ ਦੇ ਚਿਹਰੇ ਉੱਤੇ ਸਫਲਤਾ ਦੇ ਹੁਲਾਸ ਦੀ ਲਾਲੀ ਚਮਕਦੀ ਵੇਖੀ ਇਸ ਤੋਂ ਬਾਅਦ ਉੱਥੇ ਟਹਿਰਨਾ ਉਸ ਲਈ ਮੁਸ਼ਕਿਲ ਹੋ ਗਿਆ ਸ਼ਾਇਦ ਉਹ ਇਕਲਵੰਝੇ ਆ ਕੇ ਅਗਲਾ ਕਤਮ ਚੁੱਕਣ ਲਈ ਸੋਚਣਾ ਚਾਹੁੰਦਾ ਸੀ ਮਾਇਆ ਨੇ ਬੜੀ ਕੋਸ਼ਿਸ਼ ਕੀਤੀ ਕਿ ਰਾਤ ਦਾ ਬਾਕੀ ਹਿੱਸਾ ਕਿਦਾਰੋ ਦੇ ਘਰ ਗੁਜ਼ਾਰੇ ਪਰ ਕਿਦਾਰ ਨੇ ਉਸ ਦੀ ਪੂਰੀ ਤਸੱਲੀ ਕਰਾ ਦਿੱਤੀ ਕਿ ਉਹ ਬਿਲਕੁਲ ਰਾਜੀ ਹੈ ਉਹ ਆਪਣੇ ਮਕਾਨ ਤੇ ਪਹੁੰਚ ਕੇ ਮੰਜੇ ਤੇ ਲੇਟ ਗਿਆ ਕਿੰਨਾ ਕੁ ਚਿਰ ਉਸ ਨੇ ਕਿੰਨਾ ਕਿੰਨਾ ਸੋਚਾਂ ਚ ਮੰਨ ਉੱਡਦਾ ਫਿਰਿਆ ਕਿਦਾਰ ਨੂੰ ਪਤਾ ਹੀ ਨਹੀਂ ਸੀ ਕਿਦਾਰ ਦਾ ਆਪਾ ਜਿਵੇਂ ਉਸ ਤੋਂ ਵੱਖ ਹੋ ਕੇ ਕਿਤੇ ਫਿਰ ਰਿਹਾ ਸੀ ਜਦ ਪ੍ਰਭਾਤ ਦੀ ਸ਼ੀਤਲ ਹਵਾ ਨੇ ਰੋਸ਼ਨਦਾਨ ਵਿੱਚੋਂ ਦਾਖਲ ਹੋ ਕੇ ਉਸ ਦਾ ਮੁੜਕਾ ਸੁਕਾਣਾ ਸ਼ੁਰੂ ਕੀਤਾ ਤਾਂ ਕਿਦਾਰ ਨੂੰ ਚਪਕੀ ਜਹੀ ਆ ਗਈ ਪਰ ਛਟ ਹੀ ਕਾਰਖਾਨੇ ਦੇ ਕੁੱਗੂ ਨੇ ਉਸ ਨੂੰ ਜਗਾ ਦਿੱਤਾ ਇੱਕ ਵਾਰੀ ਫੇਰ ਉਹ ਸਾਰੀਆਂ ਸੋਚਾਂ ਵਿਚਾਰਾਂ ਉਸਦੇ ਦਿਮਾਗ 'ਚ ਫਿਰਨ ਲੱਗੀਆਂ ਜਿਹੜੀਆਂ ਇਹਨਾਂ ਕਈ ਘੰਟਿਆਂ ਵਿੱਚ ਉਸਦੇ ਅੰਦਰ ਫੁਰਦੀਆਂ ਰਹੀਆਂ ਸਨ ਜਿਨ੍ਹਾਂ ਦੀ ਹਰ ਸਮਾਪਤੀ ਉੱਤੇ ਇੱਕੋ ਹੀ ਗੱਲ ਮੁੜ-ਮੁੜ ਉਸਦੇ ਸਾਹਮਣੇ ਆਉਂਦੀ ਰਹੀ ਬੇਸ਼ੱਕ ਉਹ ਤਜ਼ਵੀਜ਼ ਰੁਪਿਆਂ ਵੱਲੋਂ ਇਨਕਾਰ ਬਸ ਫੇਰ ਤਾਂ ਵੀਣਾ ਸਦਾ ਲਈ ਮਰੀ ਹੋਏਗੀ ਪਰ ਸੋਲਾ ਅੰਨੇ ਸਫਲਤਾ ਦੀ ਉਮੀਦ ਹੁੰਦਿਆਂ ਹੋਇਆਂ ਵੀ ਇੱਕ ਹੋਰ ਸ਼ੰਕਾ ਉਹਦੇ ਸਾਹਮਣੇ ਆ ਖਲੋਂਦੀ ਜੇ ਵੀਣਾ ਦੀ ਮਾਂ ਨੂੰ ਇਹ ਚਾਲ ਪਸੰਦ ਨਾ ਆਈ ਮੇਰੇ ਨਾਲ ਉਸ ਦਾ ਹੀ ਮਾਂ-ਬਾਪ ਵਾਲਾ ਪਿਆਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਸ ਗੱਲ ਦਾ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਕਿ ਉਹ ਮੈਨੂੰ ਜਵਾਈ ਦੇ ਰੂਪ ਚ ਪ੍ਰਵਾਨ ਕਰ ਲਏਗੀ ਨਹੀਂ ਕਰੇਗੀ ਤਾਂ ਅਖਰ ਹੋਰ ਕਰੇਗੀ ਕੀ ਜੇ ਚਾਰੇ ਬੰਨੇ ਨਾ ਮੰਨੇਗੀ ਤਾਂ ਵੀ ਵਿਣਾ ਉਸ ਨੂੰ ਮੂੰਹ ਪਾੜ ਕੇ ਕਹਿ ਦੇਗੀ ਖੈਰ ਉਹ ਵਕਤ ਤਾਂ ਜਦੋਂ ਆਏਗਾ ਦੇਖਿਆ ਜਾਏਗਾ ਪਹਿਲਾਂ ਗੱਲਬਾਤ ਇਹ ਸਭ ਤੋਂ ਔਖੀ ਸੀ ਕਿ ਮੈਂ ਆਪਣਾ ਮਤਲਬ ਉਸ ਪਾਸੋਂ ਕਿਵੇਂ ਪ੍ਰਗਟ ਕਰਾਂਗਾ ਇਸ ਬਾਬਤ ਵਿਣਾ ਨਾਲ ਸਲਾਹ ਕਰਨੀ ਪਵੇਗੀ ਉਸਨੇ ਹੁਣੇ ਥੋੜੀ ਦੇਰ ਤੱਕ ਪੜ੍ਹਾਈ ਕਰਨ ਲਈ ਆਉਣਾ ਹੈ ਉਹ ਬੜੀ ਬੇਚੈਨੀ ਨਾਲ ਵਿਹਣਾ ਦੇ ਆਉਣ ਦੀ ਉਡੀਕ ਕਰਨ ਲੱਗਾ ਹੌਲੀ-ਹੌਲੀ ਪ੍ਰਭਾਤ ਦੀ ਧੁੰਦ ਵਿੱਚ ਚਟਾਈ ਨਿਕਲ ਕੇ ਫੈਲਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਸੂਰਜ ਦੀਆਂ ਪੀਲੀਆਂ ਕਿਰਨਾਂ ਨੇ ਪੂਹੇ ਦੀਆਂ ਚਿੱਥਾਂ 'ਚੋਂ ਛਾਤੀ ਮਾਰੀ ਕਿਦਾਰ ਉੱਠਿਆ ਤੇ ਜਲਦੀ ਨਿਤ ਕਰਿਆ ਤੋਵੇਲਾ ਹੋ ਕੇ ਕੱਪੜੇ ਬਦਲਣ ਲੱਗਿਆ ਕਈ ਦਿਨਾਂ ਤੋਂ ਸਿਰ ਦੇ ਵਾਲ ਉਸਨੇ ਨਾ ਤੇਲ ਛੋਹਿਆ ਸੀ ਤੇ ਨਾ ਹੀ ਕੰੰਗੀ ਪਰ ਅੱਜ ਸ਼ਾਇਦ ਉਸਨੇ ਪਿਛਲੇ ਸਾਰੇ ਦਿਨਾਂ ਦੀ ਕਸਰ ਕੱਢਣੀ ਸੀ ਸਫੇਦੀ ਦੀ ਮਦਦ ਨਾਲ ਸ਼ੇਵ ਕਰਨੀ ਸ਼ੁਰੂ ਕੀਤੀ ਫਿਰ ਬੂਟਾਂ ਦੀ ਪਾਲਿਸ਼ ਵੀਣਾ ਰੋਜ਼ ਜਿਸ ਵੇਲੇ ਆਇਆ ਕਰਦੀ ਸੀ ਉਹ ਵਕਤ ਆਇਆ ਤੇ ਆ ਕੇ ਲੰਘ ਗਿਆ ਪਰ ਵੀਣਾ ਨਹੀਂ ਆਈ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਸੀ ਕਿਦਾਰ ਦੇ ਅੰਦਰ ਕੁਝ ਨਿਮੋਜਣਤਾ ਜਹੀ ਛਾਈ ਜਾਂਦੀ ਸੀ ਉਸ ਦਾ ਉਤਸ਼ਾਹ ਕਿਰਕਰਾ ਹੋਈ ਜਾ ਰਿਹਾ ਸੀ ਇਸ ਵੇਲੇ ਕਈ ਦਿਲ ਤਾਂ ਉਹ ਸੋਚਾ ਨੇ ਉਸ ਨੂੰ ਬੇਅਰਾਮ ਕਰ ਦਿੱਤਾ ਮਤੇ ਵੀਣਾ ਨੇ ਮੇਰੀ ਗੱਲ ਦਾ ਬੁਰਾ ਮੰਨਿਆ ਹੋਵੇ ਮਤੇ ਉਸ ਨੇ ਸਭ ਆਪਣੀ ਮਾਂ ਨੂੰ ਦੱਸਤਾ ਹੋਏ ਇੱਕ ਵਾਰੀ ਫੇਰ ਉਸ ਨੂੰ ਰਾਤ ਵਾਲੇ ਸਮੇਂ ਨੂੰ ਜਦ ਵੀਣਾ ਦੇ ਪਾਸ ਉਸ ਨੇ ਅਨੁਭਵ ਪ੍ਰਗਟ ਕੀਤਾ ਸੀ ਅੱਖਾਂ ਅਗੋਂ ਲਿਆ ਕੇ ਇਸ ਗੱਲ ਦੀ ਪਰਚੋਲ ਕਰਨ ਲੱਗਾ ਕਿ ਮੇਰੀਆਂ ਗੱਲਾਂ ਸੁਣ ਕੇ ਵੀਣਾ ਦੇ ਮੱਥੇ ਤੇ ਕੋਈ ਵੱਟ ਪਿਆ ਸੀ ਉਸ ਦੇ ਵਰਤੋਂ ਵਿੱਚ ਕੁਝ ਫਰਕ ਆਇਆ ਸੀ ਜਿਉਂ ਜਿਉਂ ਮੈਂ ਆਪਣੇ ਮਤਲਬ ਦੇ ਨੇੜੇ ਆਈ ਜਾਂਦਾ ਸਾਂ ਕਿ ਵੀਣਾ ਚਿਹਰੇ ਤੋਂ ਉਹ ਪਿਆਰ ਦੀ ਮਿੱਠੀ ਮਿੱਠੀ ਸੁਗਦਾਈ ਜਹੀ ਚਲਕ ਉੱਡਦੀ ਨਹੀਂ ਸੀ ਜਾਂਦੀ ਕਿਦਾਰ ਲਈ ਹੋਰ ਉੜਿਕਣਾ ਮੁਸ਼ਕਿਲ ਹੋ ਗਿਆ ਉਸ ਦਾ ਸਾਹ ਜਿਵੇਂ ਗਲੇ ਵਿੱਚੋਂ ਨਹੀਂ ਵੱਖੀ ਚੋਂ ਛੇਕ ਕਰਕੇ ਬਾਹਰ ਨਿਕਲ ਰਿਹਾ ਹੋਵੇ ਕੁਝ ਚਿਰ ਉਸਨੇ ਹੋਰ ਉਡੀਕ ਵਿੱਚ ਬਤਾਇਆ ਪਰ ਜਿਨ੍ਹਾਂ ਪੈਰਾਂ ਦੀ ਬਿੜਕ ਉਸਤੇ ਕੰਨਾਂ ਨੂੰ ਉਡੀਕ ਰਹੇ ਸਨ ਉਹ ਸੁਣਾਈ ਨਾ ਦਿੱਤੀ ਆਖਿਰ ਉਹਦੀ ਸਲਾਹ ਹੋਈ ਕਿ ਉਹ ਆਪੇ ਕਿਉਂ ਨਾ ਵੀਣਾ ਦੇ ਘਰ ਚਲਾ ਜਾਏ ਪਰ ਮਾਇਆ ਨੂੰ ਮਿਲਣ ਤੋਂ ਪਹਿਲਾਂ ਉਹ ਇੱਕ ਵਾਰ ਵੀਣਾ ਨੂੰ ਇਕਾਂਤ ਵਿੱਚ ਮਿਲ ਲੈਣਾ ਚਾਹੁੰਦਾ ਸੀ ਇਸ ਕਰਕੇ ਉਸਨੇ ਹੋਰ ਕੁਝ ਚਿਰ ਉਡੀਕ ਕੀਤੀ ਪਰ ਜਦੋਂ ਫੇਰ ਵੀ ਉਸਦੀ ਆਸ ਪੂਰੀ ਹੁੰਦੀ ਨਾ ਦਿੱਸੀ ਤਾਂ ਆਪ ਹੀ ਉੱਠ ਕੇ ਜਾਣ ਲਈ ਤਿਆਰ ਹੋ ਪਿਆ ਜਾਣ ਲੱਗਿਆਂ ਉਹਨੇ ਆਪਣੇ ਪਾਰਸ਼ ਕੀਤੇ ਬੂਟਾਂ ਤੇ ਇੱਕ ਵਾਰ ਫੇਰ ਬੁਰਸ਼ ਫੇਰਿਆ ਤੇ ਇਸੇ ਤਰ੍ਹਾਂ ਵਾਹੇ ਹੋਏ ਵਾਲਾਂ ਉੱਤੇ ਇੱਕ ਵਾਰ ਦੁਬਾਰਾ ਕੰਗੀ ਇਹ ਕੰਮ ਕਰਦਾ ਹੋਇਆ ਉਹ ਨਾਲੋ-ਨਾਲ ਸੋਚ ਰਿਹਾ ਸੀ ਇਹ ਕਿਸ ਤਰ੍ਹਾਂ ਦੀ ਧੜਕਣ ਹੋ ਰਹੀ ਹੈ ਮੇਰੇ ਦਿਲ 'ਚ ਬੜੀ ਔਖਰੀ ਜਿਹੀ ਜਿਵੇਂ ਆਪਣੀ ਥਾਂ ਤੋਂ ਛੁੱਟ ਕੇ ਦਿਲ ਇੱਧਰ-ਉੱਧਰ ਫਿਰ ਰਿਹਾ ਹੋਵੇ ਉਹ ਕਮਰੇ ਵਿੱਚੋਂ ਹੀ ਨਿਕਲਿਆ ਸੀ ਕਿ ਸਾਹਮਣੇ ਉਸ ਨੂੰ ਵਿਦਿਆ ਇੱਧਰ ਆਉਂਦੀ ਦੇਖੀ ਜਿਹੜੀ ਝਟਪਟ ਉਹਦੇ ਕੋਲ ਆ ਕੇ ਉਹਦਾ ਹੱਥ ਫੜ ਕੇ ਖਿੱਚਦੀ ਹੋਈ ਬੋਲੀ ਚਲੋ ਤੁਹਾਨੂੰ 베ਜੀ ਸੱਤ ਦੇ ਨੇ ਸੁੰਦਿਆ ਹੀ ਕਿਦਾਰ ਦੀਆਂ ਲੱਤਾਂ ਬਾਹਾਂ ਕਿਰਨ ਲੱਗ ਪਈਆਂ ਮਤੇ ਵੀਣਾ ਨੇ ਰਾਤ ਵਾਲੀ ਸਾਰੀ ਗੱਲ ਉਹਨੂੰ ਦੱਸ ਦਿੱਤੀ ਹੋਵੇ ਪਰ ਕੀ ਵੀਣਾ ਦੇ ਰੰਗ ਟੰਗ ਤੋਂ ਕੁਝ ਜਿਹਾ ਜਾਪਦਾ ਸੀ ਸ਼ਾਇਦ ਨਹੀਂ ਤਾਂ ਫਿਰ ਇੰਨੀ ਸਵੇਰੇ ਸੱਦ ਘੱਲਣ ਦੇ ਕੀ ਕਾਰਨ ਉਹੀ ਬਾਹੋਂ ਖਿੱਚਦੀ ਹੋਈ ਵਿਦਿਆ ਉਹਨੂੰ ਘਰ ਵੱਲ ਲੈ ਕੇ ਤੁਰ ਪਈ ਘਰ ਅੰਦਰ ਜਾ ਕੇ ਕਿਦਾਰ ਨੇ ਵੇਖਿਆ ਉਸ ਕਮਰੇ ਵਿੱਚ ਉਸ ਮੰਜੇ ਉੱਤੇ ਵੀਣਾ ਲੇਟੀ ਹੋਈ ਸੀ ਤੇ ਮਾਇਆ ਉਸ ਦੀ ਨਬਜ ਫੜੀ ਸਰਾਂਦੀ ਵੱਲ ਬੈਠੀ ਕਿਦਾਰ ਦਾ ਦਿਲ ਬੈਠਣ ਲੱਗਾ ਕਿਉਂ ਭੇਜੀ ਵੀਣਾ ਨੂੰ ਕੀ ਹੋ ਗਿਆ ਕਿਦਾਰ ਨੇ ਕਾਲੀ ਨਾਲ ਅਗਾਹ ਵੱਧ ਕੇ ਵੀਣਾ ਦਾ ਹੱਥ ਫੜਦਿਆਂ ਪੁੱਛਿਆ ਮਾਇਆ ਬੋਲੀ ਪਤਾ ਨਹੀਂ ਚੰਗੀ ਭਲੀ ਸੁੱਤੀ ਸੀ ਵੱਡੇ ਵੇਲੇ ਉੱਠ ਕੇ ਵੇਖਿਆ ਤੇ ਪੰਜ ਪੱਠ ਬੁਖਾਰ ਚੜਿਆ ਹੋਇਆ ਸੂ ਵੀਣੀ ਕੀਦਾਰ ਨੇ ਮੰਜੇ ਤੇ ਬੈਠਦੇ ਆ ਉਹਦਾ ਹੱਥ ਫੜ ਕੇ ਪੁੱਛਿਆ ਕਿਉਂ ਬੁਖਾਰ ਕਿਉਂ ਚੜ ਗਿਆ ਰਾਤੀ ਤੀ ਮੈਂ ਤੈਨੂੰ ਚੰਗੀ ਭਲੀ ਛੱਡ ਕੇ ਗਿਆ ਸਾਂ ਪਰ ਵੀਣਾ ਨੇ ਕੋਈ ਜਵਾਬ ਨਹੀਂ ਦਿੱਤਾ ਕੀਦਾਰ ਨੂੰ ਵੇਖਦਿਆਂ ਹੀ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ ਇਸ ਤੋਂ ਛੁੱਟ ਕੀਦਾਰ ਨੇ ਇਹ ਵੀ ਮਹਿਸੂਸ ਕੀਤਾ ਜਿਵੇਂ ਉਸਦੇ ਹੱਥ ਦੀ ਛੂ ਨੂੰ ਵੀਣਾ ਬਰਦਾਸ਼ਤ ਨਹੀਂ ਕਰ ਰਹੀ ਕਿਦਾਰ ਜਿਉਂ ਹੀ ਮੰਝੇ ਤੇ ਬੈਠਾ ਵੀਣਾ ਸਰਕ ਕੇ ਪਰੇ ਹੋ ਗਈ ਕਿਦਾਰ ਦਾ ਦਿਲ ਹੋਰ ਧੜਕਣ ਲੱਗ ਪਿਆ ਕੋਈ ਡਰ ਨਹੀਂ ਮੰਝੇ ਤੋਂ ਉੱਠਦੀ ਹੋਈ ਮਾਇਆ ਕਿਦਾਰ ਨੂੰ ਸੰਬੋਧਨ ਕਰਕੇ ਬੋਲੀ ਅੱਜ ਕੱਲ ਮਲੇਰੀਏ ਦੇ ਦਿਨ ਨੇ ਆਰਾਮ ਆ ਜਾਏਗਾ ਸੋ ਆ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ ਤੇ ਦੋਵੇਂ ਅੱਗੜ ਪਿਛੜ ਬਾਹਰ ਬਰਾਂਡੇ ਵਿੱਚ ਆ ਪਹੁੰਚੇ ਇੱਥੇ ਕੰਧ ਨਾਲ ਇੱਕ ਛੋਟੀ ਮੰਜੀ ਖੜੀ ਕੀਤੀ ਸੀ ਜਿਸ ਨੂੰ ਮਾਇਆ ਨੇ ਡਾਲ ਲਿਆ ਤੇ ਦੋਵੇਂ ਹੀ ਬੈਠ ਗਏ ਤੇਰੀ ਤਬੀਅਤ ਦਾ ਕੀ ਹਾਲ ਹੈ ਹੁਣ ਮਾਇਆ ਨੇ ਬੈਠਦੇ ਹੀ ਉਸ ਪਾਸੋਂ ਪੁੱਛਿਆ ਜਿਸ ਦੇ ਉੱਤਰ ਚ ਕਿਦਾਰ ਨੇ ਉਸ ਨੂੰ ਆਪਣੇ ਠੀਕ ਠਾਕ ਹੋਣ ਦਾ ਯਕੀਨ ਕਰਾ ਦਿੱਤਾ ਬੇਜੀ ਕਿਦਾਰ ਨੇ ਛੇਤੀ ਛੇਤੀ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ ਤੁਸੀਂ ਸਵੇਰ ਦੀ ਗੱਡੀ ਆ ਜਾਂਦੇ ਰਾਤੀ ਐਡੇ ਓਖੇ ਹੋਏ ਹੋਵੋਗੇ ਮਾਇਆ ਦੇ ਅੰਗ-ਅੰਗ ਵਿੱਚ ਇਸ ਵੇਲੇ ਖੁਸ਼ੀ ਉੱਛਲ ਰਹੀ ਸੀ ਉਸ ਨੇ ਮੁਸਕਰਾਉਂਦਿਆਂ ਕਿਹਾ ਕੰਮ ਜਿਸ ਲਈ ਗਈ ਸਾਂ ਉਤੇ ਜਾਂਦੇ ਹੀ ਹੋ ਗਿਆ ਫਿਰ ਮੈਂ ਆਖਿਆ ਕਾਦੇ ਲਈ ਟਕਣਾ ਵੇ ਨਾਲੇ ਬਾਲਾਂ ਨੂੰ ਪਿੱਛੇ ਛੱਡ ਕੇ ਕੱਲਿਆਂ ਗਈ ਸਾਂ ਅੱਛਾ ਕਿਸ ਤਰ੍ਹਾਂ ਗੱਲ ਕੀ ਕੀ ਹੋਈ ਕਿਦਾਰ ਨੇ ਟੁੱਟਦੇ ਦਿਲ ਨਾਲ ਉਹਨੂੰ ਪੁੱਛਿਆ ਮਾਇਆ ਨੇ ਦੱਸਣਾ ਸ਼ੁਰੂ ਕੀਤਾ ਗੱਲ ਗੱਤ ਕੀ ਹੋਣੀ ਸੀ ਬਸ ਉਹ ਹੀ ਉਹ ਮੇਰੀ ਗੱਲ ਸੱਚ ਨਿਕਲੀ ਉਹਨਾਂ ਨੇ ਕਿਸੇ ਜਾਂ ਤੁਖਣੀ ਦਿੱਤੀ ਆ ਕਿ ਉਹਨਾਂ ਦੇ ਪੱਲੇ ਮੋਰਾ ਖਾਣ ਨੂੰ ਵੀ ਪੈਸੇ ਨਹੀਂ 부ੱਚੀ ਬਾਂਦਰੀ ਕੁੜੀ ਤੁਹਾਡੇ ਹਵਾਲੇ ਕਰਨਗੇ ਬਸ ਸੁਣ ਕੇ ਸੱਪ ਸੁੰਗ ਗਿਓਨੇ ਉਹ ਜਿਹੜੀ ਮੇਰੀ ਕੁੜਮਣੀ ਏ ਉਹ ਤਾਂ ਸਮਝ ਲੈ ਮੁਰਦਿਆਂ ਦੇ ਖਫਣ ਲਾ ਕੇ ਲੈਣ ਵਾਲੀ ਐ ਪਹਿਲਾਂ ਤੇ ਚੁੱਪ ਕੀਤੀ ਰਹੀ ਫੇਰ ਲੱਗੀ ਹਿੱਲੇ ਬਹੀਲੇ ਸਾੜਨ ਕਦੇ ਆਖੇ ਸਾਡਾ ਮੁੰਡਾ ਨਹੀਂ ਮੰਨਦਾ ਕਦੇ ਕਹੇ ਸਾਡਾ ਹੱਥ ਤੰਗ ਹੈ ਪਰ ਮੈਂ ਸਮਝ ਗਈ ਕਿ ਅੰਬਾਂ ਦੀ ਭੁੱਖ ਅਬਕੜੀਆਂ ਨਾਲ ਨਹੀਂ ਮਿਟਣੀ ਮੈਂ ਉਸ ਨੂੰ ਖੋਲ ਕੇ ਆਖ ਦਿੱਤਾ ਬਈ ਬੀਬੀ ਰਾਣੀ ਧੀਆ ਪੁੱਤਰਾ ਨਾਲੋਂ ਚੰਗੀ ਕੋਈ ਚੀਜ਼ ਨਹੀਂ ਹੁੰਦੀ ਤੇ ਇੱਜ਼ਤ ਆਬਰੋ ਨਾਲੋਂ ਵੀ ਵੱਡੀ ਚੀਜ਼ ਹੈ ਤੂੰ ਮਾਸਾ ਫਿਕਰ ਨਾ ਕਰ ਮੈਂ ਚੋਰ ਨੂੰ ਲੁੱਟਾਂ ਚਾਹੇ ਸਾਧ ਨੂੰ ਪੰਨਾ ਤੇਰਾ ਘਰ ਮੈਂ ਪੂਰਾ ਕਰਕੇ ਦੇਾਂਗੀ ਸੋ ਕੁਝ ਕਰਾਂਗੀ ਸੋਨਾ ਸੁਥਰਾ ਕਰਕੇ ਕੀ ਹੋਇਆ ਜੇ ਸਾਡੇ ਤੇ ਗਰੀਬੀ ਆ ਗਈ ਪਰ ਸਿਆਣੇ ਕਹਿੰਦੇ ਹੁੰਦੇ ਆ ਨਾ ਵੱਡੇ ਘਰਾਂ ਦੀਆਂ ਕਰੋੜੀਆਂ ਨਹੀਂ ਮਾਨ ਹੁੰਦੀਆਂ ਐਨੇ ਗਏ ਗਵਾਚੇ ਤਾਂ ਨਹੀਂ ਨਾ ਅਸੀਂ ਹੋਗੇ ਕਿ ਅੱਜ ਕੱਜੀ ਕੁੜੀ ਨੂੰ ਤੁਹਾਡੇ ਹਵਾਲੇ ਕਰਦੇ ਆਂਗੇ ਪਰਮਾਤਮਾ ਸੁਖ ਰਹੀ ਤੇ ਲੱਧ ਪੱਥ ਕੇ ਭੇਜਾਂਗੇ ਸੱਤਾਂ ਸ਼ਗਨਾਂ ਨਾਲ ਫੇਰ ਕੀ ਅੱਖਿਓਸੂ ਕਿਦਾਰ ਦੇ ਮੂੰਹ ਤੇ ਹਵਾਈਆਂ ਉੱਡ ਗਿਆ ਤੇ ਉਹ ਚਿਹਰੇ ਉੱਤੇ ਬਨੌਟੀ ਜਿਹੀ ਖੁਸ਼ੀ ਲਿਆ ਕੇ ਅੰਦਰਲੇ ਤੂਫਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਫੇਰ ਕੀ ਮਾਇਆ ਦਾ ਉੱਚਾ ਬਰਾਬਰ ਚੜਦਾ ਜਾ ਰਿਹਾ ਸੀ ਸੁਣ ਕੇ ਪਹਿਲਾਂ ਹੀ ਉਹ ਚੁੱਪ ਹੋ ਗਈ ਤੇ ਫਿਰ ਆਖਣ ਲੱਗੀ ਅੱਛਾ ਭੈਣ ਹੁਣ ਤੂੰ ਚੇਚੀ ਤੁਰ ਕੇ ਆਈ ਹੈ ਹੁਣ ਉਹ ਜਾਣੇ ਕਿਸ ਤਰ੍ਹਾਂ ਹੋ ਸਕਦਾ ਸੋੜ ਭੀੜ ਕਰ ਲਵਾਂਗੇ ਮੁੰਡੇ ਨੂੰ ਵੀ ਜਿਵੇਂ ਤਿਵੇਂ ਹੋਏਗਾ ਸਮਝਾ ਲੂੰਗੀ ਸਾਖ ਤੇ ਵੱਡੇ ਵੱਡੇ ਘਰਾਂ ਦੇ ਆਉਂਦੇ ਨੇ ਪਰ ਤੇਰਾ ਆਖਿਆ ਨਹੀਂ ਨਾ ਮੋੜ ਸਕਦੀ ਉਸ ਫੱਫੇ ਕੁੱਟਣੀ ਦੀਆਂ ਗੱਲਾਂ ਤੋਂ ਇਹ ਪਤਾ ਚਲਦਾ ਸੀ ਕਿ ਉਸ ਨੂੰ ਸਾੜਾ ਇਸ ਗੱਲ ਦਾ ਵੇ ਕਿ ਮਤੇ ਦਿੱਤ ਦਾਤ ਕੁਝ ਨਹੀਂ ਜਾਣਾ ਮੈਂ ਵੀ ਸ਼ੁਕਰ ਕੀਤਾ ਭਈ ਹਾਂ ਤੇ ਕੀਤੀ ਸੋ ਜੇ ਨੰਨਾ ਫੜ ਕੇ ਬੈੰਦੀ ਤਾਂ ਮੈਂ ਕਿਹੜੀ ਲੱਤ ਤੋੜ ਦੇਣੀ ਸੀ ਉਹਦੀ ਇੱਜ਼ਤ ਨਾ ਰੱਖੀ ਲੱਖਾਂ ਕਰੋੜਾਂ ਦੀ ਧੀ ਤੇ ਆਣੀ ਦੀ ਗੱਲ ਹੋਈ ਪੁੱਤਰ ਦੀ ਕੁੜਮਾਈ ਭਾਵੇਂ 100 ਵਾਰ ਛੁੱਟ ਜੇ ਕੋਈ ਨਮੋਸ਼ੀ ਨਹੀਂ ਇੱਕ ਦਰ ਵੱਧਾ ਸੋ ਦਰ ਖੁੱਲੇ ਪਰਤੀ ਦਾ ਸਾਖ ਮੁੜ ਜਾਣਾ ਕੋਈ ਚੰਗੀ ਗੱਲ ਥੋੜੀ ਹੁੰਦੀ ਹੈ ਮੈਂ ਧਿਆਨੀਆਂ ਸ਼ੁਕਰੇ ਪਲਾ ਹੋਵੇ ਕਿ ਮੰਨ ਗਏ ਨੇ ਨਾ ਮੰਨਦੇ ਤੇ ਮੈਂ ਕੀ ਕਰ ਲੈਣਾ ਸੀ ਕਿਤੇ ਖਲਾਉਣ ਜੋਗੀ ਨਹੀਂ ਸੀ ਰਹਿਣਾ ਮਾਇਆ ਬੜੇ ਜੋਸ਼ ਤੇ ਮਾਂ ਵਿੱਚ ਗੱਲਾਂ ਕਰਦੀ ਜਾ ਰਹੀ ਸੀ ਪਰ ਛੁੱਟ ਹੁੰਗਾਰਾ ਪਰਣ ਤੋਂ ਕੇਦਾਰ ਦਾ ਧਿਆਨ ਉੱਕਾ ਹੀ ਇਸ ਪਾਸੇ ਨਹੀਂ ਸੀ ਉਸ ਦਾ ਦਿਲ ਇਸ ਵੇਲੇ ਕਈ ਲੰਬੇ ਛੋੜੇ ਮਨਸੂਬੇ ਬਨ ਰਿਹਾ ਸੀ ਮਾਇਆ ਨੇ ਜਦੋਂ ਗੱਲ ਖਤਮ ਕੀਤੀ ਤਾਂ ਕੇਦਾਰ ਦਾ ਧਿਆਨ ਮੁੜਿਆ ਤੇ ਉਸਨੇ ਪਤਾ ਨਹੀਂ ਕੀ ਕਿਹਾ ਕਿਹੜੀ ਗੱਲ ਉੱਤੇ ਜਾ ਕੇ ਮਾਇਆ ਨੇ ਆਪਣਾ ਬਿਆਨ ਖਤਮ ਕੀਤਾ ਮਾਇਆ ਕਿੰਨਾ ਚਿਰ ਚੁੱਪ ਕੀਤੀ ਰਹੀ ਉਸ ਦਾ ਖਿਆਲ ਸੀ ਕਿ ਕੇਦਾਰ ਕੁਝ ਬੋਲੇਗਾ ਪਰ ਕੇਦਾਰ ਦੇ ਬੁੱਲ ਛੱਡ ਕੇ ਅੱਖਾਂ ਵੀ ਨਾ ਹਿੱਲੀਆਂ ਉਸਨੇ ਆਪ ਹੀ ਪੁੱਛਿਆ ਕੇਦਾਰ ਕਿਹੜੀਆਂ ਸੋਚਾਂ 'ਚ ਪੈ ਗਿਆ ਵੇ ਤੂੰ ਤੇ ਮਾਇਆ ਨੇ ਆਪਣੇ ਹੀ ਦਿਲ ਨੂੰ ਉੱਤਰ ਦਿੱਤਾ ਹੋਰ ਕਿਹੜੀਆਂ ਸੋਚਾਂ ਸੋਚਦਾ ਹੋਵੇਗਾ ਇਸੇ ਕੰਮ ਨੂੰ ਸਿਰੇ ਚੜਾਉਣ ਬਾਰੇ ਚਿੰਤਾ ਕਰ ਰਿਹਾ ਹੋਵੇਗਾ ਜਿਸ ਦੀ ਲਗਭਗ ਸਾਰੀ ਜ਼ਿੰਮੇਵਾਰੀ ਇਹਨੇ ਆਪਣੇ ਤੇ ਲਈ ਹੈ ਕਿਦਾਰ ਨੂੰ ਜਿਵੇਂ ਨਿੰਦਰ ਤੋਂ ਜਾਗ ਆ ਗਈ ਹੋਵੇ ਉਹ ਜੋ ਕੁਝ ਸੋਚ ਰਿਹਾ ਸੀ ਉਸ ਨੂੰ ਅਧੂਰਾ ਛੱਡ ਕੇ ਬੋਲਿਆ ਬੜੀ ਹੀ ਖੁਸ਼ੀ ਦੀ ਗੱਲ ਐ ਇਹ ਮਾਇਆ ਕਿਦਾਰ ਦੇ ਮੂੰਹੋਂ ਕੁਝ ਇਸ ਤਰ੍ਹਾਂ ਦੇ ਵਾਕ ਸੁਣ ਕੇ ਬੇਕਰਾਰ ਹੋ ਗਈ ਬੇਜੀ ਸਭ ਕੁਝ ਠੀਕ ਹੋ ਜਾਵੇਗਾ ਮੈਂ ਬੜੀ ਜਲਦੀ ਰੁਪਿਆਂ ਦਾ ਪ੍ਰਬੰਧ ਕਰ ਲਵਾਂਗਾ ਆਦੀ ਪਰ ਉਸਦੀ ਉਮੀਦ ਪੂਰੀ ਨਾ ਹੋਈ ਤਾਂ ਉਸਨੇ ਆਪ ਹੀ ਗੱਲ ਕੱਥ ਦਾ ਸਿਲਸਿਲਾ ਇਸ ਪਾਸੇ ਮੋੜਿਆ ਮੇਰੀ ਸਲਾਹ ਐ ਅਸੂ ਦਾ ਵਿਆਹ ਦੇ ਦਈਏ ਰੁੱਤ ਵੀ ਚੰਗੀ ਹੁੰਦੀ ਹੈ ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ ਨਾਲੇ ਵੀਣਾ ਦੀ ਸੱਸ ਵੀ ਕਹਿੰਦੀ ਸੀ ਕਿ ਅਸੂ ਵਿੱਚ ਕੋਈ ਸਾਹ ਨਿਕਲ ਆਵੇ ਤਾਂ ਚੰਗਾ ਹੈ ਕਿਉਂਕਿ ਕੱਤਕ ਚ ਕੁਨੇਤਰ ਸ਼ੁਰੂ ਹੋ ਜਾਣਾ ਹੈ ਇਸ ਹਿਸਾਬ ਫਿਰ ਵਰੇ 6 ਮਹੀਨਿਆਂ ਤੱਕ ਗੱਲ ਜਾਏਗੀ ਜਿੰਨੀ ਛੇਤੀ ਸਿਰੋਂ ਭਾਰਾ ਲੱਥ ਜਾਏ ਚੰਗਾ ਹੈ ਉਹ ਨਾ ਹੋਵੇ ਜੋ ਫਿਰ ਲੱਤ ਮਾਰੇ ਸੋ ਸੱਜਣ ਸੋ ਦੁਸ਼ਮਣ ਹੁੰਦੇ ਨੇ ਬੜੀ ਚੰਗੀ ਗੱਲ ਐ ਸਿਰਫ ਇਤਨਾ ਹੀ ਕਹਿ ਕੇ ਕਿਦਾਰ ਚੁੱਪ ਹੋ ਗਿਆ ਮਾਇਆ ਕੁਝ ਹੋਰ ਵੀ ਸੁਣਨਾ ਚਾਹੁੰਦੀ ਸੀ ਤੇ ਫਿਰ ਉਹ ਬੋਲੀ ਮੇਰੀ ਸਲਾਏ ਜਿਹੜਾ ਰਤੀ ਮਾਸਾ ਛਿੱਲਪਤਾਣਾ ਬਣਾਣਾ ਵੇ ਹੁਣ ਤੋਂ ਹੀ ਫਿਕਰ ਕਰਨਾ ਚਾਹੀਦਾ ਨਿੱਕਾ ਨਿੱਕਾ ਕਰਦੇ ਆ ਬਥੇਰਾ ਹੋ ਜਾਂਦਾ ਹਾਂ ਹੁਣ ਤੋਂ ਹੀ ਕੀਤਾ ਜਾਏਗਾ ਤਾਂ ਹੀ ਕੁਝ ਬਣੇਗਾ ਮਹੀਨੇ ਤਾਂ ਸਾਰੇ ਦੋ ਹੀ ਬਾਕੀ ਨੇ ਉਹ ਬੇਦਿਲ ਜਿਹਾ ਹੋ ਕੇ ਬੋਲਿਆ ਮਾਇਆ ਨੂੰ ਕੁਝ ਤੋਖਲਾ ਜਿਹਾ ਪੈਦਾ ਹੋ ਰਿਹਾ ਸੀ ਉਹ ਸਾਫ਼ ਹੋ ਕੇ ਬੋਲੀ ਪਰ ਇਹ ਤੇ ਸਾਰਾ ਹੁਣ ਤੇਰੇ ਹੱਥ ਹੈ ਤੂੰ ਕਿਹਾ ਤੇ ਉਹ ਸ਼ਾਇਦ ਇਹ ਸੋਚ ਕੇ ਦਬਕ ਗਈ ਕਿ ਇਸ ਤੇ ਮੇਰਾ ਕੀ ਦਿਆ ਜੋ ਇਤਨਾ ਜ਼ੋਰ ਪਾ ਰਹੀਆਂ ਤੇ ਉਹ ਛੱਟ ਗੱਲ ਦਾ ਰੁਖ ਪਲਟ ਕੇ ਬੋਲੀ ਮੇਰੀ ਸਲਾਹ ਹੈ ਕਿ ਅੱਜ ਇੱਕ ਚਿੱਠੀ ਤੂੰ ਵੀਣਾ ਦੇ ਪਾਪੇ ਨੂੰ ਲਿਖ ਦੇ ਨਾਲੇ ਸਰਦਾਰ ਵੱਲੋਂ ਵੀ ਅਖਵਾਹ ਭੇਜਿਓ ਸੋ ਪਈ 2 ਮਹੀਨਿਆਂ ਲਈ ਜਿਵੇਂ ਕਿਵੇਂ ਆਜਵੇ ਅਕਸਰ ਕਰਨਾ ਕਤਰਨਾ ਤਾਂ ਉਸੇ ਨਹੀਂ ਹੈ ਨਾ ਸਭ ਕੁਝ ਕਰਦਾ ਹੀ ਜ ਪਿਆਜ ਤੋਂ ਤੇਥੋਂ ਲੁਕਿਆ ਹੀ ਨਹੀਂ ਆ ਕੇ ਕਿਤੋਂ ਆਹਰ ਪਹਾਰ ਕਰੇਗਾ ਤਾਂ ਹੀ ਕੰਮ ਸਿਰੇ ਚੜੇਗਾ ਨਾ ਕੁਝ ਸਰਦਾਰ ਨੂੰ ਆਖ ਲਵੇ ਕਿ ਵੇਖ ਲਵੇ ਮਨਾ ਲਵੇਗਾ ਪਾਣੀ ਚੜਦਾ ਚੜਦਾ ਆਦਮੀ ਦੇ ਗਲ ਤੱਕ ਪਹੁੰਚਦਾ ਹੈ ਤਾਂ ਉਹਨੂੰ ਬਚਣ ਲਈ ਹੱਥ ਪੈਰ ਮਾਰਨੇ ਹੀ ਪੈਂਦੇ ਨੇ। ਕਿਦਾਰ ਉਹ ਲਈ ਹੁਣ ਹਮੇਸ਼ਾ ਕੈਸਲਾ ਬਣਾ ਰਹਿਣਾ ਮੁਸ਼ਕਿਲ ਸੀ। ਮੰਜੀ ਨਾਲੋਂ ਲਮਕ ਰਹੀ ਇੱਕ ਰੱਸੀ ਨੂੰ ਉਂਗਲ ਤੇ ਲਪੇਟਦਾ ਹੋਇਆ ਬੋਲਿਆ ਸਰਦਾਰ ਹੋਰਾਂ ਨੂੰ ਮੈਂ ਕੱਲ ਕਿਹਾ ਤੇ ਸੀ ਪਰ ਇਸ ਵਾਕ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਕਿਦਾਰ ਨੂੰ ਇੱਕ ਵਾਰ ਫੇਰ ਰੁਕਣਾ ਪਿਆ। ਅੱਛਾ ਮਾਇਆ ਕਾਲੀ ਹੋ ਕੇ ਬੋਲੀ ਫਿਰ ਕੀ ਜਵਾਬ ਦਿੱਤਾ ਸੀ ਉਹਨਾਂ? ਉਹਨਾਂ ਉਹਨਾਂ ਕਿਹਾ ਸੀ ਤੇ ਬੋਲਦਿਆਂ ਬੋਲਦਿਆਂ ਜਿਵੇਂ ਉਹਦੀ ਜ਼ੁਬਾਨ ਅੱਗੇ ਡੱਕਾ ਆ ਗਿਆ ਹੋਵੇ। ਮਾਇਆ ਨੇ ਬਿਨਾ ਉਸ ਦੇ ਬੋਲਣ ਤੋਂ ਹੀ ਸਭ ਕੁਝ ਸਮਝ ਲਿਆ ਵੇਖਦੇ ਆ ਹੀ ਵੇਖਦੇ ਆ ਉਸ ਦੇ ਚਿਹਰੇ ਤੋਂ ਪੱਖ ਦੀ ਲਾਲੀ ਉੱਡ ਪੁੱਡ ਗਈ ਸੱਜੇ ਹੱਥ ਦੀ ਉਂਗਲ ਨੂੰ ਹੌਲੀ-ਹੌਲੀ ਦੰਦਾ ਹੇਠ ਦਬਾ ਰਿਹਾ ਸੀ ਤਾਂ ਤੇ ਬੜੀ ਮਾਇਆ ਰੁੱਕ ਕੇ ਬੋਲੀ ਅੱਛਾ ਕੋਈ ਗੱਲ ਨਹੀਂ ਤੂੰ ਅੱਜ ਚਿੱਠੀ ਲਿਖ ਕੇ ਛੱਡ ਦੇ ਵੀਨਾ ਦੇ ਪਾਪੇ ਨੂੰ ਆਪੇ ਆ ਕੇ ਕੋਈ ਨਾ ਕੋਈ ਬੰਦੋਬਸਤ ਕਰ ਲੇਗਾ ਚਾਰੇ ਬੰਨੇ ਹੋਰ ਨਾ ਕੁਝ ਸਰਿਆ ਤਾਂ ਮਕਾਨ ਗੈਣੇ ਧਰ ਦਾਂਗੇ ਤੇ ਕੰਮ ਸਾਰ ਲਾਂਗੇ ਦਮ ਸਲਾਮਤ ਰਹਿਣ ਫੇਰ ਛੁਡਾ ਲਵਾਂਗੇ ਵੇਲਾ ਤੇ ਕਿਸੇ ਅਨਿਸਾਰ ਨਾ ਹੀ ਹੋਇਆ ਨਾ ਕਿਦਾਰ ਨੇ ਸਿਰ ਚੁੱਕਿਆ ਉਸਨੇ ਵੇਖਿਆ ਜਿਵੇਂ ਮਾਇਆ ਦੀਆਂ ਅੱਖਾਂ 'ਚ ਨਿਰਾਸ਼ ਟਕਣੀ ਉਸ ਨੂੰ ਲਾਮਤਾ ਪਾਉਂਦੀ ਹੋਈ ਵੰਗਾਰ ਰਹੀ ਸੀ ਤੋ ਜੋ ਹਾਮੀ ਭਰੀ ਸੀ ਤੇ ਸ਼ਾਇਦ ਇਹ ਆਵਾਜ਼ ਸੱਚਮੁੱਚ ਮਾਇਆ ਦੇ ਅੰਦਰੋਂ ਉੱਠ ਰਹੀ ਹੋਵੇ ਜ਼ੁਬਾਨ ਤੱਕ ਉਹ ਨਾ ਲਿਆ ਸਕੀ ਕਿਦਾਰ ਲਈ ਹੁਣ ਉੱਥੇ ਬੈਠਣਾ ਮੁਸ਼ਕਿਲ ਹੋ ਗਿਆ ਉਹ ਜਵਾਂ ਦੇਰ ਹੋ ਗਈ ਹੈ ਕਹਿ ਕੇ ਉੱਠ ਗਿਆ ਤੇ ਉੱਠਣ ਲੱਗਿਆ ਉਸ ਦੀ ਨਜ਼ਰ ਇੱਕ ਵਾਰ ਫੇਰ ਅੰਦਰ ਵੀਣਾ ਦੇ ਮੰਝੇ ਤੇ ਜਾ ਪਈ ਮੀਣਾ ਦਾ ਵੰਜਾ ਇਤਨੀ ਦੂਰ ਨਹੀਂ ਸੀ ਕਿ ਉਸ ਨੂੰ ਦੋਹਾਂ ਗੱਲਾਂ ਦੀ ਕਥਾ ਨ ਸੁਣਾਈ ਦਿੰਦੀ किदार ने वेख्या कि ओर किसी तरह परले पासे मूह की पई से जुती पाके जो बाहर निकलन लगा तो उसने पिछले बन्ियों किसी ठंडा सह भरण की आवाज सुनाई दिखती कोशिश कर भी वो समझ ना सके कि आवाज माया वीणा दी सी या फिर ਦਲੀਜਾਂ ਚੋਂ ਨਿਕਲਣ ਲੱਗਿਆ ਉਸਨੇ ਇੱਕ ਵਾਰ ਫੇਰ ਪਿਛਾਂ ਮੁੜ ਕੇ ਤੱਕਿਆ ਮਾਇਆ ਠੋਡੀ ਤੇ ਹੱਥ ਟਿਕਾ ਕੇ ਉਸਦੀ ਗਿੱਚੀ ਸੁੱਟੀ ਬੈਠੀ ਸੀ ਵੀਣਾ ਨੇ ਉਸ ਤਰ੍ਹਾਂ ਪਾਸਾ ਪਰਤਿਆ ਹੋਇਆ ਸੀ ਸ਼ਾਇਦ ਉਹ ਬਾਹਰਲੇ ਬੂਹੇ ਵੱਲ ਤੱਕ ਰਹੀ ਸੀ ਪਰ ਜਿਉਂ ਹੀ ਆਪਣੇ ਉੱਤੇ ਉਸਨੇ ਕਿਦਾਰ ਦੀ ਨਜ਼ਰ ਪੈਂਦੀ ਤੱਕੀ ਛੱਟ ਕੇ ਉਸਨੇ ਮੂੰਹ ਦੂਜੇ ਪਾਸੇ ਕਰ ਲਿਆ ਕਿਦਾਰ ਉਸ ਵੇਲੇ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸੀ ਉਸ ਨੂੰ ਮਾਲੂਮ ਹੁੰਦਾ ਸੀ ਜਿਵੇਂ ਦੁਕਾਨ ਤੇ ਪਹੁੰਚਣ ਤੀ ਕੁਝ ਦੇ ਸਿਰ ਵਿੱਚ ਸਿੰਘ ਆਉਣਗੇ अथवा ਕੋਈ ਹੋਰ ਚੰਬਾ ਜਿਹੀ ਗੱਲ ਉਹਦੇ ਤੇ ਹੀ ਬਣ ਜਾਏਗੀ ਜਿਸ ਨੂੰ ਨਾ ਉਸ ਦਾ ਮਾਲਕ ਪਛਾਣ ਸਕੇਗਾ ਤੇ ਨਾ ਹੀ ਉਹ ਆਪ ਵਿਤੋਂ ਵੱਧ ਚੌੜੀ ਖਾਲ ਨੂੰ ਟੱਪਣ ਲੱਗਿਆਂ ਡਿੱਗ ਪੈਣ ਦਾ ਸਹਿਮ ਜਿਸ ਤਰ੍ਹਾਂ ਆਦਮੀ ਦੇ ਕਦਮ ਰੋਕ ਲੈਂਦਾ ਹੈ ਇਸੇ ਤਰ੍ਹਾਂ ਕਿਦਾਰ ਦੇ ਮਨ ਦੀ ਅਵਸਥਾ ਸੀ ਸੱਚਮੁੱਚ ਦੁਕਾਨ ਤੇ ਪਹੁੰਚਣ ਤੀ ਕੋ ਆਪਣੇ ਆਪ ਨੂੰ ਬਿਲਕੁਲ ਵਟਿਆ ਹੋਇਆ ਮਹਿਸੂਸ ਕਰਨ ਲੱਗਿਆ ਮਾਲਕ ਨੇ ਤਾਂ ਉਸਨੂੰ ਪਛਾਣ ਲਿਆ ਪਰ ਸ਼ਾਇਦ ਉਹ ਆਪਣੇ ਆਪ ਨੂੰ ਨਹੀਂ ਪਛਾਣ ਸਕਿਆ ਉਹ ਇਸ ਵੇਲੇ ਇਸੇ ਗੱਲ ਨੂੰ ਸੋਚ ਰਿਹਾ ਸੀ ਕਿ ਮੈਂ ਉਹੀ ਹਾਂ ਜਿਹੜਾ ਕੱਲ ਸਾਂ ਸੱਚਮੁੱਚ ਮੇਰੇ ਸਿਰ ਉੱਤੇ ਸਿੰਘ ਉੱਗ ਗਏ ਨੇ ਜਾਂ ਫਿਰ ਉੱਗਣ ਵਾਲੇ ਨੇ ਇਸ ਵੀਡੀਓ ਚੰਨਾ ਹੀ ਮਿਲਦੇ ਹਾਂ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ